ਤਾਂ ਸਟੇਟ ਨੇ ਇਹ ਕਹਿ ਕੇ ਦੁਨੀਆ ਦੇ ਵਿੱਚ ਪ੍ਰਚਾਰਿਆ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਇਹ ਜਿਹੜੇ ਸਿੱਖਾਂ ਮਤਲਬ ਜਮਾਂਦਰੂ ਉਪਦੇਸ਼ੀ ਇਹ ਟੈਰਿਸਟ ਨੇ ਤੇ ਇਹਨਾਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਤੇ ਅਸੀਂ ਉਹਦੀ ਪਵਿੱਤਰਤਾ ਲਈ ਸੰਤ ਭਿੰਡਰਾਂ ਵਾਲੇ ਨੂੰ ਉੱਥੋਂ ਕੱਢਿਆ। ਤਾਂ ਜਦ ਦਰਬਾਰ ਸਾਹਿਬ ਦੇ ਵਿੱਚ ਆਰਮੀ ਜਾਂਦੀ ਆ ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਗੱਲ ਕਹੀ ਸੀ ਵੀ ਜੇ ਇੱਥੇ ਇੰਡੀਅਨ ਆਰਮੀ ਹਮਲਾ ਕਰਦੀ ਆ ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਲੋਹੇ ਦੇ ਚਣੇ ਚਬਾ ਦੇਣ, ਇਹ ਉਹਨਾਂ ਦਾ ਉਹਨਾਂ ਦੀ ਆਵਾਜ਼ ਸੀ। ਅਤੇ ਦੂਜਾ ਉਹਨਾਂ ਨੇ ਇਹ ਕਿਹਾ ਸੀ ਵੀ ਇੱਕ ਵੱਖਰੇ ਰਾਜ ਦੀ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਦਰਬਾਰ ਸਾਹਿਬ ਨਾਲ ਵੱਖਰਾ ਰਿਸ਼ਤਾ ਹੈ, ਦਰਬਾਰ ਸਾਹਿਬ ਵਾਲ ਨੂੰ ਉਂਗਲ ਕਰਦਾ ਅਤੇ ਸਿੱਖ ਨੂੰ ਚੀਸ ਪੈਂਦੀ ਆ ਕਿਉਂਕਿ ਤੁਸੀਂ ਮੁੱਛ ਨੂੰ ਤਾਂ ਹੀ ਦੇ ਸਕਦੇ ਹੋ ਨਾ ਜੇ ਤੁਹਾਡੀ ਪੱਗ ਸਲਾਮਤ ਆ, ਜੇ ਤੁਹਾਡੀ ਪੱਗ ਨੂੰ ਹੀ ਕਿਸੇ ਨੇ ਹੱਥ ਪਾ ਲਿਆ ਤਾਂ ਫਿਰ ਤੁਹਾਡੀ ਮੁੱਛ ਦਾੜੀ ਦਾ ਕੋਈ ਨਹੀਂ ਰਹੇ। ਜਦੋਂ ਦੁਸ਼ਮਣ ਤੁਹਾਡੇ ਘਰ ਦੇ ਉੱਤੇ ਸੁੱਤਿਆਂ ਪਿਆ ਜਾਂ ਕਿਸੇ ਵੀ ਤਰੀਕੇ ਨਾਲ ਹਮਲਾ ਕਰਦਾ ਆ ਤਾਂ ਫਿਰ ਤੁਸੀਂ ਆਪਣੇ ਤਰੀਕੇ ਨਾਲ ਜੋ ਤੁਹਾਡੇ ਕੋਲੋਂ ਬਣਦਾ ਉਹਦਾ ਜਵਾਬ ਤੁਸੀਂ ਦਿੰਦੇ ਹੋ। ਤਾਂ ਕਲਗੀਧਰ ਦੇ ਪਾਤਸ਼ਾਹ ਨੇ ਸਿੱਖਾਂ ਦੇ ਘਰਾਂ 'ਚ ਜਨਮੇ ਨੌਜਵਾਨਾਂ ਨੇ ਉਹਦਾ ਜਵਾਬ ਜੋ ਦੇਣਾ ਚਾਹੀਦਾ ਸੀ ਉਹ ਸਹੀ ਤਰੀਕੇ ਨਾਲ ਦਿੱਤਾ। ਸੱਜ ਵਿਆਹੀ ਕੁੜੀ ਘਰ 'ਚ ਆਉਂਦੀ ਆ ਅਤੇ ਆਉਣ ਸਾਰ ਅਜੇ ਉਹ ਘਰ 'ਚ ਪ੍ਰਵੇਸ਼ ਵੀ ਨਹੀਂ ਕਰਦੀ ਤਾਂ ਉਹਦਾ ਘਰ ਵਾਲਾ ਮਰ ਜਾਂਦਾ ਹੈ ਅਤੇ ਉਸ ਤੋਂ ਵੱਡੀ ਚੀਜ਼ ਕਿਵੇਂ ਹੋ ਸਕਦੀ। ਇੱਕ 9 ਮਹੀਨੇ ਪੇਟ 'ਚ ਇੱਕ ਮਾਂ ਆਪਣੇ ਬੱਚੇ ਨੂੰ ਰੱਖਦੀ ਆ ਅਤੇ ਜਦੋਂ ਉਹਦਾ ਮੂੰਹ ਵੇਖਣ ਲੱਗਦੀ ਤਾਂ ਉਹਦੀ ਡੈਥ ਹੋਈ ਹੁੰਦੀ। ਸਟੇਟ ਨੇ ਬੜੀ ਬੜੀ ਚਤਰਾਈ ਨਾਲ ਮਕਾਰੀ ਨਾਲ ਪੰਜਾਬ ਨਾਲ ਹਰ ਮੋੜ 'ਤੇ ਗਦਾਰੀ ਕੀਤੀ ਔਰ ਪੰਜਾਬ ਦੇ ਬਸ਼ਿੰਦਿਆਂ ਨੇ ਜਿਹੜਾ ਉਹ ਤੱਕ ਸੀਗਾ ਜਗਬਾਣੀ ਟਾਈਪ ਜਿਹੜਾ ਰਾਸ਼ਟਰਵਾਦੀ ਸਿੱਖ ਸੀਗਾ ਉਹਨਾਂ ਨੇ ਤਾਂ ਯਾਰ ਇਹ ਕਹਿ ਦਿੱਤਾ ਵੀ ਸਾਡੀ ਭਾਸ਼ਾ ਹੀ ਪੰਜਾਬੀ ਹੈ ਨਹੀਂ, ਮਤਲਬ ਇਦੋਂ ਵੱਧ ਗਦਾਰੀ ਕੀ ਹੋ ਸਕਦੀ ਹੈ।